ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਤੁਮ ਦਾਤੇ ਠਾਕੁਰ ਪ੍ਰਿਤ ਪਾਲਕ ਨਾ ਇੱਕ ਖਸਮ ਹਮਾਰੇ ਨਿਮਖ ਨਿਮਖ ਤੁਮ ਹੀ ਪ੍ਰਤਪਾਲੋ ਹਮ ਬਾਰਿਕ ਤੁਮਰੇ ਤਾਰੇ ਜਿਹਵਾ ਏਕ ਕਵਣ ਗੁਣ ਕਹੀਐ ਸੁਆਮੀ ਤੇਰੂ ਅੰਤ ਨਕਿਨਹੀਂ ਲਹੀਏ ਤੁਮਰੀ ਸ਼ਰਣ ਤੁਮਾਰੀ ਆਸਾ ਤੁਮਹੀ ਸੱਜਣ ਸੁਹੇਲੇ ਰੱਖੋ ਰੱਖਣ ਹਾਰ ਦਿਆਲਾ ਨਾਨਕ ਖਰ ਕੇ ਗੁਲੇ ਸੁਰ ਨਰ ਮੁਨ ਜਨ ਅੰਮ੍ਰਿਤ ਖੋਜਦੇ ਸੋ ਅੰਮ੍ਰਿਤ ਗੁਰ ਤੇ ਪਾਇਆ ਪਾਇਆ ਅੰਮ੍ਰਿਤ ਗੁਰ ਕਿਰਪਾ ਕੀਨੀ ਸੱਚਾ ਮਨ ਵਸਾਇਆ ਪਾਇਆ ਅੰਮ੍ਰਿਤ ਗੁਰ ਕਿਰਪਾ ਕੀਨੀ ਸੱਚਾ ਮਨ ਵਸਾਇਆ ਪਰਮ ਸਤਿਕਾਰਯੋਗ ਪਰਮ ਸਨਮਾਨਯੋਗ ਤਖਤ ਚਵਰ ਛਤਰ ਦੇ ਮਾਲਕ ਕੋਟ ਬ੍ਰਹਿਮੰਡਾਂ ਦੇ ਸੁਆਮੀ ਹਾਜ਼ਰਾ ਹਜ਼ੂਰ ਜਹਰਾ ਜਹੂਰ ਸਰਬ ਕਲਾ ਭਰਪੂਰ ਪਾਣੀ ਕੇ ਬੋਹਿਤ ਨਾਮ ਕੇ ਜਹਾਜ਼ ਕਲਯੁਗ ਕੇ ਤਾਰਨਹਾਰ ਸਾਹਿਬ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਈਮਾਨ ਹੋਏ ਬੈਠੇ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਆਓ ਸਤਿਗੁਰੂ ਦੇ ਚਰਨਾਂ ਦੇ ਵਿੱਚ ਹਾਜ਼ਰੀਆਂ ਲਵਾਈਏ ਗੁਰੂ ਬਖਸ਼ੀ ਫਤਿਹ ਪ੍ਰਵਾਨ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਸਵਾਰਿਓ ਵਡਭਾਗੇ ਹਾਂ ਸਤਿਗੁਰੂ ਜੀ ਨੇ ਸਾਡੇ ਉੱਤੇ ਮਿਹਰਾਮਤ ਕਰਕੇ ਤਰੁੱਠ ਗਏ ਸਾਨੂੰ ਇਹ ਸੁਭਾਗਾ ਸਮਾਂ ਬਖਸ਼ਿਸ਼ ਕੀਤਾ ਖਾਲਸਾ ਪੰਥ ਦੇ ਪਾਵਨ ਸਿਰਜਣਾ ਦਿਵਸ ਨੂੰ ਸਮਰਪਿਤ ਤਿੰਨ ਰੋਜ਼ਾ ਗੁਰਮਤਿ ਸਮਾਗਮ ਦੇ ਵਿੱਚ ਆਪਾਂ ਸਾਰੇ ਹਾਜ਼ਰੀਆਂ ਭਰ ਰਹੇ ਹੋ। ਪਿਛਲੇ ਤਿੰਨ ਦਿਨ ਤੋਂ ਆਪ ਜੀ ਦੇ ਤਨ ਕਰਕੇ ਮਨ ਕਰਕੇ ਹਾਜ਼ਰੀਆਂ ਭਰੀਆਂ ਨੇ, ਜਥਾ ਸ਼ਕਤ ਸੇਵਾਵਾਂ ਦੇ ਵਿੱਚ ਵੀ ਆਪ ਸੰਗਤਾਂ ਨੇ ਹਿੱਸਾ ਪਾਇਆ। ਸਾਹਿਬ ਜੀ ਦੇ ਪਾਵਨ ਬਾਣੀ ਦੇ ਅਖੰਡ ਪਾਠ ਦੇ ਭੋਗ ਪਏ ਨੇ ਅਤੇ ਉਪਰੰਤ ਸਤਿਕਾਰਯੋਗ ਵੀਰ ਸਰਬਜੀਤ ਸਿੰਘ ਹੋਣਾ ਨੇ ਆਪ ਸੰਗਤਾਂ ਦੇ ਨਾਲ ਵੈਸਾਖ ਮਹੀਨੇ ਦੇ ਮਾਝ ਰਾਗ ਦੇ ਵਿੱਚ ਜੋ ਸ਼ਬਦ ਹੈ
ਜਿੱਥੇ ਉਸ ਸ਼ਬਦ ਦੀ ਵਿਚਾਰ ਕੀਤੀ ਹੈ, ਨਾਲ ਦੀ ਨਾਲ ਖਾਲਸਾ ਸਿਰਜਣਾ ਦਿਵਸ ਦੇ ਸੰਬੰਧ ਦੇ ਵਿੱਚ ਕੁਝ ਵਿਚਾਰਾਂ, ਸਿਧਾਂਤ ਦੀਆਂ ਕੁਝ ਵਿਚਾਰਾਂ ਆਪ ਸੰਗਤਾਂ ਦੇ ਨਾਲ ਸਾਂਝੀਆਂ ਕੀਤੀਆਂ ਨੇ। ਸੋ ਆਓ ਵਿਚਾਰ ਆਰੰਭਣ ਤੋਂ ਪਹਿਲਾਂ ਸਰਬੱਤ ਸੰਗਤਾਂ ਨੂੰ ਖਾਲਸਾ ਪੰਥ ਦੇ ਸਿਰਜਣਾ ਦਿਵਸ ਦੀ ਲੱਖ ਲੱਖ ਵਧਾਈ ਹੋਵੇ। ਅੱਜ ਅਸੀਂ ਵਿਸਾਖੀ ਦੇ ਦਿਹਾੜੇ ਨੂੰ ਸਮਰਪਿਤ ਹੋਏ ਬੈਠੇ ਹਾਂ ਅਤੇ ਸਾਰ ਸੰਗਤ ਵਿਸਾਖੀ ਕੀ ਹੈ? ਵਿਸਾਖ ਮਹੀਨੇ ਦੀ ਪਹਿਲੀ ਤਰੀਕ, ਦੇਸੀ ਸਾਲ ਦੇ ਵਿੱਚ ਦੂਸਰਾ ਮਹੀਨਾ ਵਿਸਾਖ ਦਾ। ਸਤਿਗੁਰੂ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਉਚਾਰਨ ਕੀਤੇ ਹੋਏ ਤੁਖਾਰੀ ਰਾਗ ਦੇ ਵਿੱਚ 12ਵਾਂ, ਉਹਦੇ ਵਿੱਚ ਵੀ ਦੂਸਰਾ ਮਹੀਨਾ ਵਿਸਾਖ ਹੈ। ਅਤੇ ਮਾਝ ਰਾਗ ਦੇ ਅੰਦਰ ਜਿਹੜਾ ਅਸੀਂ ਹਰ ਸੰਗਰਾਂਦ ਵਾਲੇ ਦਿਨ ਸ਼ਬਦ ਪੜ੍ਹਦੇ ਹਾਂ, 12ਵਾਂ ਪੜ੍ਹਦੇ ਹਾਂ, ਉਹਦੇ ਵਿੱਚ ਵੀ ਦੂਸਰਾ ਮਹੀਨਾ ਚੇਤ ਤੋਂ ਬਾਅਦ ਜਿਹੜਾ ਉਹ ਵਿਸਾਖ ਦਾ ਮਹੀਨਾ ਹੈ। ਅਤੇ ਇਸ ਕਰਕੇ ਵਿਸਾਖ ਮਹੀਨੇ ਦੀ ਪਹਿਲੀ ਤਰੀਕ ਨੂੰ ਵਿਸਾਖੀ ਆਖਿਆ ਜਾਂਦਾ। ਵੈਸੇ ਇਹ ਜਿਹੜਾ ਵਿਸਾਖੀ ਦਾ ਦਿਨ ਹੈ ਨਾ ਜੀ, ਇੱਕ ਸੀਜ਼ਨਲ ਤਿਉਹਾਰ ਮੰਨਿਆ ਜਾ ਸਕਦਾ, ਮੌਸਮੀ ਤਿਉਹਾਰ, ਕਿਉਂਕਿ ਹਾੜੀ ਦੀ ਫਸਲ ਜਿਹੜੀ ਹੈ ਉਹ ਪੱਕ ਕੇ ਤਿਆਰ ਖੜੀ ਹੈ। ਅਤੇ ਜਿਹਨੇ ਉਸ ਫਸਲ ਦੇ ਉੱਤੇ ਮਿਹਨਤ ਕੀਤੀ ਹੋਈ ਹੈ, ਉਹ ਪੱਕੀ ਹੋਈ ਫਸਲ ਨੂੰ ਦੇਖ ਕੇ ਖੁਸ਼ ਹੋਇਆ, ਚਾਅ ਦੇ ਵਿੱਚ ਮੇਲੇ ਮਨਾਉਂਦਾ ਫਿਰਦਾ। ਪਰ ਦੁਨਿਆਵੀ ਲੋਕ ਜਦੋਂ ਮੇਲੇ ਮਨਾਉਂਦੇ ਨੇ ਨਾ ਜੀ, ਅਤੇ ਕਈ ਵਾਰ ਉਹ ਜਿਹੜੀ ਖੜੀ ਫਸਲ ਹੈ ਨਾ, ਉਹ ਮੇਲਿਆਂ ਦੇ ਵਿੱਚ ਹੀ ਖਰਾਬ ਹੋ ਜਾਂਦੀ ਹੈ। ਅਤੇ ਫਿਰ ਬੂਠੇ ਲਾਉਂਦਾ ਫਿਰਦਾ ਆਪਣੇ ਸ਼ਾਹੂਕਾਰ ਦੇ ਕੋਲ। ਸਤਿਗੁਰੂ ਕਿਰਪਾ ਕਰਨ ਸਾਡੇ ਉੱਤੇ ਐਸਾ ਸਮਾਂ ਨਾ ਆਵੇ, ਕਿਉਂਕਿ ਸਤਿਗੁਰੂ ਨੇ ਸਾਨੂੰ ਮੇਲੇ ਨਹੀਂ ਜੋੜ ਮੇਲੇ ਦਿੱਤੇ ਨੇ। ਅਤੇ ਵਿਸਾਖੀ ਦਾ ਜੋੜ ਮੇਲਾ ਇਤਿਹਾਸ ਦੇ ਅਨੁਸਾਰ ਤੀਜੇ ਪਾਤਸ਼ਾਹ ਦੇ ਸਮੇਂ ਤੋਂ ਸਿੱਖ ਇਤਿਹਾਸ ਦੇ ਵਿੱਚ ਮਨਾਇਆ ਜਾਂਦਾ, ਮੰਨਿਆ ਜਾਂਦਾ। ਅਤੇ ਬਹੁਤ ਸਾਰੇ ਵਿਦਵਾਨ ਇਹ ਮੰਨਦੇ ਨੇ ਕਿ ਧੰਨ ਗੁਰੂ ਨਾਨਕ ਪਿਤਾ ਮਹਾਰਾਜ ਜੀ ਦਾ ਪਾਵਨ ਪ੍ਰਕਾਸ਼ ਦਿਹਾੜਾ, ਜਿਹੜਾ ਅਸੀਂ ਕੱਤਕ ਮਹੀਨੇ ਦੀ ਪੁੰਨਿਆ ਵਾਲੇ ਦਿਨ ਮਨਾਉਂਦੇ ਹਾਂ ਨਾ ਜੀ, ਉਹ ਵਿਸਾਖ ਮਹੀਨੇ ਦਾ ਪ੍ਰਕਾਸ਼ ਹੈ। ਖੈਰ, ਸਭ ਤੋਂ ਵੱਧ ਮਹੱਤਤਾ ਜਿਹੜੀ ਵਿਸਾਖੀ ਦੇ ਦਿਨ ਦੀ ਹੈ, ਉਹ ਹੈ 1699 ਦੀ ਵਿਸਾਖੀ। ਪਹਿਲੀ ਵਿਸਾਖ ਸੰਮਤ 1756 ਬਿਕਰਮੀ, ਜਿਹੜੇ ਦੇਸੀ ਸੰਨ ਦੀ ਜੇ ਗੱਲ ਕਰੀਏ, ਅਤੇ ਜਦੋਂ ਅੰਗਰੇਜ਼ੀ ਈਸਵੀ ਸੰਨ ਦੀ ਗੱਲ ਕਰੀਏ ਤਾਂ 30 ਮਾਰਚ 1699 ਵਾਲੇ ਦਿਨ ਵਿਸਾਖੀ ਆਉਂਦੀ ਹੈ। ਪਰ ਬਹੁਤ ਸਾਰੇ ਲੋਕ ਪਤਾ ਨਹੀਂ ਇਹ ਕਿਉਂ ਘੁਮਾਇਆ ਜਾ ਰਿਹਾ, ਕੰਮ ਦਾਤਾ ਜਾਣੇ, ਅੱਜ ਸੋਸ਼ਲ ਮੀਡੀਆ ਦੇ ਉੱਤੇ ਜਿਹੜੇ ਲੋਕ ਫੇਸਬੁੱਕ, ਵਟਸਐਪ ਵਗੈਰਾ ਵਰਤਦੇ ਨੇ, ਬਹੁਤ ਸਾਰੇ ਪਿਕਚਰ ਮੈਸੇਜ ਜਿਹੜੇ ਬਣੇ ਨੇ ਉਹ 13 ਅਪ੍ਰੈਲ 1699 ਆਖਿਆ ਜਾਂਦਾ। ਉਹ ਕੋਰੇ ਨੇ ਬੰਦੇ ਬਾਕਵੀਅਤ ਤੋਂ ਜਿਨ੍ਹਾਂ ਨੇ ਇਹ ਕੀਤਾ, ਪਤਾ ਨਹੀਂ ਕਿਉਂ ਕੀਤਾ, ਕਿਉਂਕਿ ਜਿਹੜੀ 1699 ਦੀ ਵਿਸਾਖੀ ਹੈ ਨਾ ਜੀ, ਉਹ 30 ਮਾਰਚ ਦੀ ਹੈ। ਅਤੇ ਇਹਦੇ ਬਾਰੇ ਸਾਡੇ ਮਨਾਂ ਦੇ ਵਿੱਚੋਂ ਭੁਲੇਖਾ ਨਿਕਲ ਜਾਣਾ ਬਹੁਤ ਜ਼ਰੂਰੀ ਹੈ। ਇਸ ਕਰਕੇ ਮੈਂ ਸਭ ਤੋਂ ਪਹਿਲਾਂ ਇਸ ਵਿਸ਼ੇ ਨੂੰ ਛੂਹਿਆ। ਸਤ ਸੰਗਤ, ਜਿਹੜਾ ਈਸਵੀ ਕੈਲੰਡਰ ਹੈ ਨਾ ਜੀ, ਇਹ ਯੀਸੂ ਮਸੀਹ ਨੂੰ ਮੰਨਣ ਵਾਲੇ ਈਸਾਈ ਲੋਕਾਂ ਨੇ ਯੂਰਪ ਦੇ ਵਿੱਚ ਤਕਰੀਬਨ ਹਰ ਮੁਲਕ ਦਾ ਕੈਲੰਡਰ ਆਪਣਾ ਆਪਣਾ ਸੀ, ਅਤੇ ਇਹਨਾਂ ਨੇ ਉੱਦਮ ਕੀਤਾ, ਸਾਰਿਆਂ ਨੇ ਆਪਣਾ ਕੈਲੰਡਰ ਸਾਂਝਾ ਕਰ ਲਿਆ, ਪਰ ਇੰਗਲੈਂਡ ਨੇ ਨਹੀਂ ਕੀਤਾ।
ਫਿਰ ਸੰਨ 1752 ਆਇਆ। 1752 ਦੇ ਵਿੱਚ ਇੰਗਲੈਂਡ ਦੇ ਵਿਦਵਾਨਾਂ ਨੇ ਵੀ ਸੋਚਿਆ ਕਿ ਸਾਡਾ ਕੈਲੰਡਰ ਜਿਹੜਾ ਹੈ ਉਹ ਸਾਰੇ ਯੂਰਪ ਨਾਲ ਸਾਂਝਾ ਹੋਣਾ ਚਾਹੀਦਾ, ਅਤੇ ਅੱਜ ਉਹ ਪੂਰੀ ਦੁਨੀਆ ਦੇ ਵਿੱਚ ਇਹੋ ਕੈਲੰਡਰ ਚੱਲਦਾ। 1752 ਦੀ ਸਤੰਬਰ ਮਹੀਨੇ ਤੱਕ ਇੰਗਲੈਂਡ ਦਾ ਕੈਲੰਡਰ ਜਿਹੜਾ ਹੈ ਉਹ ਬਾਕੀ ਦੁਨੀਆ ਦੇ ਕੈਲੰਡਰ ਦੇ ਨਾਲੋਂ 12 ਦਿਨ ਪਿੱਛੇ ਸੀ। 2 ਸਤੰਬਰ ਸੰਨ 1752 ਨੂੰ ਇੰਗਲੈਂਡ ਨੇ ਫੈਸਲਾ ਕੀਤਾ, ਕਿਉਂਕਿ ਉਹ ਜਾਗਦੀਆਂ ਕੌਮਾਂ ਨੇ ਜੀ, ਉਹਨਾਂ ਨੂੰ ਪਤਾ ਹੈ ਭਲੇ ਅਤੇ ਨੁਕਸਾਨ ਦਾ, ਆਪਣੇ ਫਾਇਦੇ ਅਤੇ ਨੁਕਸਾਨ ਬਾਰੇ ਉਹ ਲੋਕ ਵਿਚਾਰ ਕਰਦੇ ਨੇ, ਪਰ ਇੱਥੇ ਸਾਡੇ ਵਰਗੇ ਨਹੀਂ ਕਿ ਬੜੀ ਮਿਹਨਤ ਦੇ ਨਾਲ ਇੱਕ ਕੈਲੰਡਰ ਤਿਆਰ ਹੋਵੇ, ਉਹਨੂੰ ਸਾਡੀ ਸਰਵਉੱਚ ਸੰਸਥਾ ਪਾਸ ਕਰੇ, ਸਾਡੇ ਸਰਵਉੱਚ ਤਖ਼ਤ ਤੋਂ ਪਾਸ ਹੋਵੇ, ਫਿਰ ਇੱਕ ਦਿਨ ਉਸ ਕੈਲੰਡਰ ਦਾ ਕਤਲ ਕਰਕੇ ਰੱਖ ਦਿੱਤਾ ਜਾਵੇ। ਉਹਨਾਂ ਨੇ ਵਿਚਾਰ ਕੀਤੀ ਅਤੇ 2 ਸਤੰਬਰ 1752 ਤੋਂ ਬਾਅਦ ਅਗਲੀ ਤਰੀਕ 3 ਸਤੰਬਰ 1752 ਕਦੇ ਵੀ ਨਹੀਂ ਆਈ। ਉਸ ਤੋਂ ਬਾਅਦ ਆਈ ਜੀ ਸਿੱਧੀ 13 ਸਤੰਬਰ, ਅਤੇ ਇਸ ਤਰ੍ਹਾਂ 12 ਦਿਨ ਜਿਹੜਾ ਕੈਲੰਡਰ ਸੀ, 14 ਸਤੰਬਰ ਅਗਲੇ ਦਿਨ ਆਈ, ਜਿਹੜਾ 12 ਦਿਨ ਕੈਲੰਡਰ ਪਿੱਛੇ ਚੱਲ ਰਿਹਾ ਸੀ ਬਾਕੀ ਦੀ ਦੁਨੀਆ ਦੇ ਨਾਲ, ਉਹ 12 ਦਿਨ ਅੱਗੇ ਚਲੇ ਗਿਆ। 30 ਮਾਰਚ 1699 ਦੀ ਵਿਸਾਖੀ ਕਰਦਿਆਂ ਕਰਦਿਆਂ ਇਹ ਵਿਸਾਖੀ ਇਸ ਕੈਲੰਡਰ ਦੀ ਬਦਲੀ ਦੇ ਨਾਲ 9 ਅਤੇ 10 ਅਪ੍ਰੈਲ ਨੂੰ ਆਉਣੀ ਸ਼ੁਰੂ ਹੋ ਗਈ। ਫਿਰ ਸਮੇਂ ਦੀਆਂ ਤਬਦੀਲੀਆਂ ਆਈਆਂ, ਕੁਝ ਸਮੇਂ ਵਾਸਤੇ ਵਿਸਾਖੀ 11 ਅਪ੍ਰੈਲ ਨੂੰ ਆਈ, ਅਤੇ ਸੰਨ 1902 ਦੇ ਵਿੱਚ ਪਹਿਲੀ ਵਾਰ ਵਿਸਾਖੀ 13 ਅਪ੍ਰੈਲ ਦੀ ਆਈ। ਉਦੋਂ ਤੋਂ ਲੈ ਕੇ ਹੁਣ ਤੱਕ ਵਿਸਾਖੀ ਜਿਹੜੀ ਹੈ ਉਹ 13 ਅਤੇ 14 ਅਪ੍ਰੈਲ ਨੂੰ ਆਉਂਦੀ ਹੈ। ਇਹ ਗੱਲ ਜਾਣਨੀ ਸਾਡੇ ਵਾਸਤੇ ਬਹੁਤ ਜ਼ਰੂਰੀ ਹੈ, ਕਿਉਂਕਿ ਅਕਸਰ ਲੋਕ ਇਹ ਕਹਿ ਦਿੰਦੇ ਨੇ 13 ਅਪ੍ਰੈਲ 1699 ਦੀ ਵਿਸਾਖੀ, ਨਹੀਂ ਜੀ, 30 ਮਾਰਚ 1699 ਦੀ ਵਿਸਾਖੀ ਨੂੰ ਹਿੰਦੁਸਤਾਨ ਦੀ ਧਰਤੀ ਦੇ ਉੱਤੇ ਇੱਕ ਬੜਾ ਵੱਡਾ ਬਦਲਾਅ ਆਇਆ, ਜਿਹਦੇ ਬਾਰੇ ਵਿਦਵਾਨਾਂ ਨੇ ਆਖਿਆ ਕਿ 1699 ਦੀ ਵਿਸਾਖੀ ਹਿੰਦੁਸਤਾਨ ਦੇ ਇਤਿਹਾਸ ਦਾ ਇੱਕ ਟਰਨਿੰਗ ਪੁਆਇੰਟ ਸੀ, ਜਿੱਥੋਂ ਇੱਕਦਮ ਹਿੰਦੁਸਤਾਨ ਦਾ ਇਤਿਹਾਸ ਬਦਲ ਗਿਆ। ਕਲਗੀਆਂ ਵਾਲੇ ਸਤਿਗੁਰੂ ਨੇ ਦੂਰ ਦੂਰ ਤੱਕ ਵਿਦੇਸ਼ਾਂ ਦੇ ਵਿੱਚ, ਦੂਰ ਨੇੜੇ ਤੱਕ ਜਿੱਥੇ ਜਿੱਥੇ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਵਸਦੀਆਂ ਨੇ, ਉੱਥੇ ਹੁਕਮਨਾਮੇ ਭੇਜੇ ਕਿ ਅੱਜ ਇਸ ਵਾਰ ਵਿਸਾਖੀ ਦੇ ਉੱਤੇ ਕੁਝ ਖਾਸ ਹੋਣਾ। ਦੂਰ ਦੁਰਾਡਿਆਂ ਤੋਂ ਸਿੱਖ ਇਕੱਠੇ ਹੋ ਕੇ ਅਨੰਦਪੁਰ ਸਾਹਿਬ ਦੀ ਧਰਤੀ ਦੇ ਉੱਤੇ ਪਹੁੰਚੇ, ਅਤੇ ਉਹ ਇਤਿਹਾਸ ਆਪਾਂ ਬੜੀ ਵਾਰ ਸਾਧ ਸੰਗਤ ਸੁਣਿਆ ਹੋਇਆ। ਮੈਂ ਇੱਕ ਗੱਲ ਕਰਦਾ ਹੁੰਦਾ ਕਿ ਇਤਿਹਾਸ ਨੂੰ ਬਾ ਤਰੀਕ ਯਾਦ ਕਰ ਲੈਣਾ, ਜਾਂ ਕਿ ਉਸ ਵੇਲੇ ਦੇ ਪਾਤਰ ਕੌਣ ਨੇ ਕੀ ਹੈ, ਇਵੇਂ ਇਤਿਹਾਸ ਨੂੰ ਯਾਦ ਕਰ ਲੈਣਾ, ਪੜ੍ਹ ਲੈਣਾ, ਸੁਣ ਲੈਣਾ ਇੱਕ ਵੱਖਰਾ ਵਿਸ਼ਾ ਹੈ। ਜ਼ਰੂਰੀ ਹੈ, ਸਾਨੂੰ ਯਾਦ ਹੋਣੀ ਚਾਹੀਦੀ ਹੈ ਕਿ ਕਿਹੜੀ ਘਟਨਾ ਕਦੋਂ ਵਾਪਰੀ, ਪਰ ਉਸ ਤੋਂ ਵੀ ਜ਼ਿਆਦਾ ਜ਼ਰੂਰੀ ਹੈ ਕਿ ਜਿਹੜੇ ਇਤਿਹਾਸ ਦੀ ਅਸੀਂ ਗੱਲ ਕਰੀਏ ਉਹ ਕਿਸ ਸਿਧਾਂਤ ਦੀ ਗੱਲ ਕਰਦਾ ਹੈ, ਉਸ ਇਤਿਹਾਸ ਦੀ ਘਟਨਾ ਦੇ ਨਾਲ ਸਾਡਾ ਕਿਸ ਸਿਧਾਂਤ ਦੇ ਨਾਲ ਸੰਬੰਧ ਹੈ, ਗੁਰਬਾਣੀ ਦੀ ਕਿਹੜੀ ਗੱਲ ਨੂੰ ਉਸ ਸਿਧਾਂਤ ਦੇ ਵਿੱਚ, ਉਸ ਘਟਨਾ ਦੇ ਵਿੱਚ ਛਾਇਆ ਕੀਤਾ ਗਿਆ ਹੈ। ਇਹ ਸਾਰੀਆਂ ਚੀਜ਼ਾਂ ਜਾਣਨੀਆਂ ਬੜੀਆਂ ਜ਼ਰੂਰੀ ਨੇ। ਅਤੇ ਗੁਰੂ ਪਿਆਰਿਓ, ਅੱਜ ਮੈਂ 2 ਗੱਲਾਂ ਤੁਹਾਡੇ ਨਾਲ ਸਿਧਾਂਤ ਦੀਆਂ ਕਰਦੀਆਂ ਨੇ ਕਿ ਜਦੋਂ ਬਾਜਾਂ ਵਾਲੇ ਸਤਿਗੁਰੂ ਨੇ 5 ਪਿਆਰਿਆਂ ਦੀ ਸਿਰਜਣਾ ਕੀਤੀ, ਪਹਿਲੀ ਗੱਲ ਕਿ 5 ਪਿਆਰਿਆਂ ਦੇ ਨਾਮ ਦੇ ਵਿੱਚੋਂ ਕਿਹੜਾ ਸਿਧਾਂਤ ਪ੍ਰਗਟ ਹੋਇਆ,
ਅਤੇ ਦੂਸਰੀ ਗੱਲ, ਜਿਸ ਖੰਡੇ ਬਾਟੇ ਦੇ ਨਾਲ ਅੰਮ੍ਰਿਤ ਛਕਾਇਆ ਉਹਦੇ ਵਿੱਚੋਂ ਸਾਨੂੰ ਕੀ ਮਿਲਿਆ। ਸਾਧ ਸੰਗਤ ਬਾਜਾਂ ਵਾਲੇ ਸਤਿਗੁਰੂ ਨੇ ਨੰਗੀ ਕਿਰਪਾਨ ਹੱਥ ਦੇ ਵਿੱਚ ਫੜੀ ਹੋਈ ਹੈ, ਸਟੇਜ ਦੇ ਉੱਤੇ ਆ ਕੇ ਆਵਾਜ਼ ਦਿੱਤੀ, ਆਖਣ ਲੱਗੇ ਹੋਏ ਗੁਰੂ ਕਿਉਂ ਸਿੱਖੋ, ਤੁਸੀਂ ਗੁਰੂ ਦੇ ਕੋਲੋਂ ਦੁੱਧ ਮੰਗਦੇ ਹੋ, ਪੁੱਤ ਮੰਗਦੇ ਹੋ, ਗੁਰੂ ਤੁਹਾਨੂੰ ਦਿੰਦਾ। ਅੱਜ ਵੀ ਅਸੀਂ ਝੋਲੀਆਂ ਅੱਡ ਕੇ ਗੁਰੂ ਦੇ ਅੱਗੋਂ ਅਰਦਾਸਾਂ ਮੰਗਦੇ ਹਾਂ ਨਾ ਜੀ। ਅਤੇ ਸਾਧ ਸੰਗਤ, ਅਸਲ ਵਿੱਚ ਜਿਹੜੀਆਂ ਅਸੀਂ ਦੁਨਿਆਵੀ ਮੰਗਾਂ ਮੰਨਦੇ ਹਾਂ ਨਾ ਜੀ, ਇਹ ਤਾਂ ਬਿਨਾਂ ਮੰਗੀਆਂ ਵੀ ਮਿਲ ਜਾਂਦੀਆਂ। ਇੱਕ ਨਾਸਤਿਕ ਬੰਦਾ ਜਿਹੜਾ ਰੱਬ ਨੂੰ ਨਹੀਂ ਮੰਨਦਾ, ਕੀ ਉਹਦੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ? ਕੋਈ ਸਿੱਖ ਹੋਵੇ, ਉਹਦੇ ਨਾਲ ਕਿਸੇ ਨਾਸਤਿਕ ਬੰਦੇ ਦਾ ਵਾਹ ਪੈ ਜਾਵੇ ਤਾਂ ਸਾਨੂੰ ਉਹ ਪੁੱਛੇਗਾ, ਤੈਨੂੰ ਗੁਰੂ ਘਰ ਜਾ ਕੇ ਕੀ ਮਿਲਿਆ? ਮੈਂ ਕਹਾਂਗਾ ਕਿ ਮੈਨੂੰ ਧਨ ਦੌਲਤ ਮਿਲੀ, ਮੈਨੂੰ ਪੁੱਤਰ ਮਿਲੇ, ਮੈਨੂੰ ਕੋਠੀ ਮਿਲੀ, ਮੈਨੂੰ ਜ਼ਮੀਨ ਜਾਇਦਾਦ ਮਿਲੀ, ਉਹ ਕਹਿੰਦਾ ਤੇਰੇ ਨਾਲ ਦੁੱਗਣੀ ਮੇਰੇ ਕੋਲ ਹੈ, ਮੈਂ ਰੱਬ ਨੂੰ ਮੰਨਦਾ ਨਹੀਂ। ਅਤੇ ਮਿਲਿਆ ਕੀ? ਅਸਲ ਵਿੱਚ ਇਹ ਜਿਹੜੀਆਂ ਦਾਤਾਂ ਨੇ ਨਾ ਜੀ, ਜਿਹੜੀਆਂ ਦੁਨਿਆਵੀ ਮੰਗਾਂ ਅਸੀਂ ਇਹਦੇ ਕੋਲੋਂ ਆ ਕੇ ਮੰਗਦੇ ਹਾਂ, ਇਹ ਤਾਂ ਇਹ ਪੂਰੀਆਂ ਬਿਨਾਂ ਮੰਗਿਆਂ ਵੀ ਕਰ ਦਿੰਦਾ। ਮੰਗਣ ਦੀ ਲੋੜ ਕੀ ਹੈ? ਗੁਰੂ ਕੋਲ ਜਾ ਕੇ ਕਿਤੇ ਗੁਰੂ ਨੂੰ ਮੰਗ ਲਈਏ, ਕਿਤੇ ਸਾਨੂੰ ਇਹਦੀਆਂ ਗੱਲਾਂ ਆਪਣੇ ਹਿਰਦੇ ਦੇ ਵਿੱਚ ਵਸਾਉਣੀਆਂ ਆ ਜਾਣ, ਕਿਤੇ ਗੁਰੂ ਪਾਸੋਂ ਕੀ ਮੰਗੀਏ, ਗੁਰ ਕੀ ਮੱਤ ਤੂੰ ਲੈ ਕੇ ਆਣੇ, ਭਗਤ ਬਿਨਾਂ ਬਹੁ ਡੁੱਬੇ ਸਿਆਣੇ, ਕਿਤੇ ਗੁਰੂ ਦੀ ਮੱਤ ਸਾਡੇ ਅੰਦਰ ਆ ਜਾਵੇ। ਸੱਚੇ ਪਾਤਸ਼ਾਹ ਕਹਿਣ ਲੱਗੇ, ਗੁਰੂ ਕਿਉਂ ਸਿੱਖੋ, ਅੱਜ ਮੈਨੂੰ ਤੁਹਾਡੇ ਕੋਲੋਂ ਕੁਝ ਚਾਹੀਦਾ। ਅਤੇ ਸਵਾਲ ਕੀਤਾ, ਕਹਿਣ ਲੱਗੇ ਮੈਨੂੰ ਇੱਕ ਸਿਰ ਦੀ ਲੋੜ ਹੈ। ਆਵਾਜ਼ ਗਈ, ਸੰਗਤ ਇਹ ਨਵੀਂ ਮੰਗ ਸੁਣ ਕੇ ਕੁਝ ਕਈ ਤਰ੍ਹਾਂ ਦੇ ਵਿਚਾਰ ਆਏ, ਪਰ ਸੰਗਤ ਦੇ ਵਿੱਚੋਂ ਇੱਕ ਸੂਰਮਾ ਉੱਠਿਆ। ਸਾਨੂੰ ਸਾਰਿਆਂ ਨੂੰ ਪਤਾ, ਸਟੇਜ 'ਤੇ ਆਇਆ, ਸੱਚੇ ਪਾਤਸ਼ਾਹ ਨੂੰ ਨਮਸਕਾਰ ਕੀਤੀ, ਪੁੱਛਿਆ ਪੁੱਤਰਾ ਤੇਰਾ ਨਾਮ ਕੀ ਹੈ? ਕਹਿਣ ਲੱਗਾ ਜੀ ਮੇਰਾ ਨਾਮ ਦਇਆ ਰਾਮ ਹੈ। ਪੁੱਤਰਾ ਕਿੱਥੋਂ ਆਇਆ? ਕਹਿਣ ਲੱਗਾ ਜੀ ਲਾਹੌਰ ਤੋਂ। ਬਾਜਾਂ ਵਾਲੇ ਸਤਿਗੁਰੂ ਕਹਿਣ ਲੱਗੇ, ਵਾਹ, ਜਿਸ ਲਾਹੌਰ ਦੇ ਵਿੱਚ ਧੰਨ ਗੁਰੂ ਅਰਜਨ ਦੇਵ ਮਹਾਰਾਜ ਨੂੰ ਤੱਤੀ ਤਵੀ ਦੇ ਉੱਤੇ ਬਿਠਾ ਕੇ ਸੀਸ ਦੇ ਉੱਤੇ ਤੱਤਾ ਰੇਤਾ ਪਾ ਕੇ ਸ਼ਹੀਦ ਕੀਤਾ ਗਿਆ, ਉਸ ਨਿਰਦੇਈ ਸ਼ਹਿਰ ਦੇ ਵਿੱਚੋਂ ਦਇਆ ਚੱਲ ਕੇ ਆਈ ਹੈ, ਅੱਜ ਗੁਰੂ ਨਾਨਕ ਦਾ ਧਰਮ ਜ਼ਰੂਰ ਵਧੇਗਾ, ਉਹਦਾ ਕਾਰਨ ਕੀ ਹੈ? ਉਸ ਗੱਲ ਸਮਝ ਆਉਣੀ ਹੈ ਦੂਸਰੀ ਆਵਾਜ਼ ਤੋਂ। ਜਦੋਂ ਦੂਸਰੀ ਆਵਾਜ਼ ਲੱਗੀ ਤਾਂ ਫਿਰ ਜਿਹੜਾ ਦੂਸਰਾ ਸਿੱਖ ਉੱਠ ਕੇ ਆਇਆ, ਪੁੱਛਿਆ ਪੁੱਤਰਾ ਤੇਰਾ ਕੀ ਨਾਮ ਹੈ? ਕਹਿਣ ਲੱਗਾ ਜੀ ਮੇਰਾ ਨਾਮ ਹੈ ਧਰਮ ਚੰਦ। ਅਤੇ ਪੁੱਤਰਾ ਕਿੱਥੋਂ ਆਇਆ? ਕਹਿਣ ਲੱਗਾ ਜੀ ਹਸਤਨਾਪੁਰ ਦਿੱਲੀ ਤੋਂ। ਜਿਸ ਧਰਤੀ ਦੇ ਉੱਤੇ ਭਾਈ ਮਤੀ ਦਾਸ ਨੂੰ ਆਰੇ ਦੇ ਨਾਲ ਦੋ ਫਾੜ ਕਰ ਦਿੱਤਾ ਗਿਆ, ਜਿਸ ਧਰਤੀ ਦੇ ਉੱਤੇ ਭਾਈ ਦਿਆਲਾ ਜੀ ਨੂੰ ਦੇਗ ਦੇ ਵਿੱਚ ਉਬਾਲਿਆ ਗਿਆ, ਜਿਸ ਧਰਤੀ ਦੇ ਉੱਤੇ ਭਾਈ ਸਤੀ ਦਾਸ ਨੂੰ ਰੂਹ ਦੇ ਵਿੱਚ ਲਪੇਟ ਕੇ ਅੱਗ ਲਾ ਕੇ ਸ਼ਹੀਦ ਕਰ ਦਿੱਤਾ ਗਿਆ, ਜਿਸ ਧਰਤੀ ਦੇ ਉੱਤੇ ਗੁਰੂ ਤੇਗ ਬਹਾਦਰ ਸਾਹਿਬ ਦਾ ਸੀਸ ਧੜ ਦੇ ਨਾਲੋਂ ਅੱਡ ਕਰ ਦਿੱਤਾ ਗਿਆ, ਉਸ ਧਰਤੀ ਦੇ ਉੱਤੋਂ ਅੱਜ ਚੱਲ ਕੇ ਧਰਮ ਆਇਆ। ਅਤੇ ਇਹਦੇ ਵਿੱਚ ਜਿਹੜਾ ਪੰਜਾਂ ਨਾਵਾਂ ਦੇ ਵਿੱਚ ਸਿਧਾਂਤ ਦੀ ਗੱਲ ਮੈਂ ਆਪ ਜੀ ਨਾਲ ਸਾਂਝੀ ਕਰਨੀ ਚਾਹੁੰਦਾ ਸੀ। ਅਸੀਂ ਸਾਰੇ ਸੁਬਾਹ ਉੱਠਦੇ ਹਾਂ, ਇਸ਼ਨਾਨ ਪਾਣੀ ਕਰਨ ਤੋਂ ਬਾਅਦ ਪਹਿਲੀ ਜਿਹੜੀ ਬਾਣੀ ਪੜ੍ਹਦੇ ਹਾਂ ਉਹ ਹੈ ਜਪਜੀ ਸਾਹਿਬ। ਜਪਜੀ ਸਾਹਿਬ ਜੀ ਦੀ ਬਾਣੀ ਦੇ ਵਿੱਚ ਇੱਕ ਬੜੀ ਗੱਲ ਗੁਰੂ ਸਾਹਿਬ ਨੇ ਸਾਨੂੰ ਸਮਝਾਉਣੀ ਕੀਤੀ ਹੈ। ਦੁਨੀਆਂ ਦੇ ਲੋਕ ਮੰਨਦੇ ਸਨ ਕਿ ਆਹ ਜਿਹੜੀ ਧਰਤੀ ਹੈ ਨਾ ਜੀ, ਇਹ ਧਰਤੀ ਕਿਸੇ ਬੈਲ ਦੇ ਆਸਰੇ ਖੜ੍ਹੀ ਹੈ,
ਅੱਜ ਵੀ ਬੜੇ ਲੋਕ ਇਸ ਗੱਲ ਨੂੰ ਮੰਨਦੇ ਨੇ ਕਿ ਬੈਲ ਦੇ ਸਿੰਘਾਂ ਦੇ ਉੱਤੇ ਧਰਤੀ ਟਿੱਕੀ ਹੋਈ ਹੈ ਅਤੇ ਜਦੋਂ ਉਹ ਆਪਣੇ ਸਿੰਘ ਬਦਲਦਾ ਜਾਂ ਆਪਣਾ ਪੈਰ ਬਦਲਦਾ ਉਦੋਂ ਧਰਤੀ ਹਿਲਦੀ ਅਤੇ ਭੁਚਾਲ ਆਉਂਦਾ। ਪਰ ਗੁਰੂ ਨਾਨਕ ਦੇ ਘਰ ਦੇ ਵਿੱਚ ਇਹੋ ਜਿਹੀਆਂ ਗੱਪਾਂ ਲਈ ਕੋਈ ਥਾਂ ਨਹੀਂ। ਸਤਿਗੁਰੂ ਗੁਰੂ ਨਾਨਕ ਪਿਤਾ ਮਹਾਰਾਜ ਨੇ ਆਖਿਆ ਸੀ, ਕਹਿਣ ਲੱਗੇ, ਦੁਨੀਆਂ ਦੇ ਲੋਕੋ, ਇਹ ਧਰਤੀ ਬਿਲਕੁਲ ਬੈਲ ਦੇ ਆਸਰੇ ਖੜ੍ਹੀ ਹੈ, ਪਰ ਉਸ ਬੈਲ ਦਾ ਨਾਮ ਹੈ ਧਰਮ। ਅਤੇ ਉਹ ਧਰਮ ਪੈਦਾ ਕਿੱਥੋਂ ਹੁੰਦਾ? ਗੁਰੂ ਨਾਨਕ ਸੱਚੇ ਪਾਤਸ਼ਾਹ ਦਾ ਫਰਮਾਨ ਕਿਤੇ ਪੜ੍ਹ ਕੇ ਦੇਖੀਏ, ਪਰ ਅਸੀਂ ਪੜ੍ਹਦੇ ਪਤਾ ਕਿਵੇਂ ਹੈ ਜੀ? ਅਸੀਂ ਸਵੇਰੇ ਜਪਜੀ ਸਾਹਿਬ ਦਾ ਪਾਠ ਸ਼ੁਰੂ ਕੀਤਾ, ਸਮੇਤ ਮੇਰੇ ਸਾਰਿਆਂ ਦਾ ਇਹੀ ਹਾਲ, ਸਾਡਾ ਇੱਕ ਓਂਕਾਰ ਤੋਂ ਸ਼ੁਰੂ ਹੋਏ, ਕਦੋਂ ਅਸੀਂ ਕੇਤੀ ਛੁੱਟੀ ਨਾਲ ਤੇ ਪਹੁੰਚ ਗਏ ਸਾਨੂੰ ਪਤਾ ਨਹੀਂ ਲੱਗਦਾ। ਜੇ ਵਿਚਾਰ ਕੇ ਸਹਿਜ ਨਾਲ ਬਾਣੀ ਪੜ੍ਹਦੇ ਤਾਂ ਫਿਰ ਪਤਾ ਲੱਗਦਾ। ਸਤਿਗੁਰੂ ਕਹਿੰਦੇ, ਧੌਲ ਧਰਮ ਦਇਆ ਕਾ ਪੂਤ ਸੰਤੋਖ ਥਾਪ ਰੱਖਿਆ ਜਨਸੂਤ। ਇਹ ਧਰਤੀ ਖੜ੍ਹੀ ਹੈ ਧਰਮ ਦੇ ਆਸਰੇ, ਪਰ ਉਹ ਧਰਮ ਜਿਹੜਾ ਉਹ ਦਇਆ ਦਾ ਪੁੱਤਰ ਹੈ, ਉਹ ਬੈਲ ਦੇ ਆਸਰੇ ਖੜ੍ਹੀ ਹੈ। ਬੈਲ ਦਾ ਨਾਮ ਹੈ ਧਰਮ, ਧਰਮ ਰੂਪੀ ਬੈਲ ਦੇ ਆਸਰੇ ਇਹ ਧਰਤੀ ਖੜ੍ਹੀ ਹੈ। ਇਸ ਧਰਤੀ ਨੂੰ ਸਹਾਰਾ ਹੈ ਧਰਮ ਦਾ, ਅਤੇ ਧਰਮ ਜਿਹੜਾ ਉਹ ਦਇਆ ਦੇ ਵਿੱਚੋਂ ਪੈਦਾ ਹੁੰਦਾ। ਅਤੇ ਅੱਜ ਬਾਜਾਂ ਵਾਲੇ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਦੇ ਚਲਾਏ ਹੋਏ ਨਿਰਮਲ ਪੰਥ ਨੂੰ ਖਾਲਸਾ ਪੰਥ ਬਣਾਉਣ ਜਾ ਰਹੇ ਨੇ। ਅਤੇ ਸਭ ਤੋਂ ਪਹਿਲਾਂ ਕੀ ਆਉਂਦਾ ਹੈ? ਦਇਆ ਆਉਂਦੀ ਹੈ। ਅਤੇ ਫਿਰ ਦਇਆ ਦੇ ਵਿੱਚੋਂ ਕੀ ਉਪਜਿਆ ਜੀ? ਫਿਰ ਦੂਸਰੇ ਨੰਬਰ 'ਤੇ ਆਉਂਦਾ ਹੈ ਧਰਮ। ਅਤੇ ਸਾਧ ਸੰਗਤ, ਧਿਆਨ ਦੇਣ ਜੋ ਗੱਲ ਹੈ ਕਿ ਪੰਜਾਂ ਪਿਆਰਿਆਂ ਦੇ ਜਿਹੜੇ ਪੰਜ ਨਾਮ ਨੇ, ਪੰਜ ਅੱਡ ਅੱਡ ਥਾਵਾਂ ਨੇ, ਪੰਜ ਅੱਡ ਅੱਡ ਜਾਤਾਂ ਨੇ ਅਖੌਤੀ ਵਰਣ ਵੰਡ ਦੀਆਂ ਪਾਈਆਂ ਹੋਈਆਂ, ਉਹਨਾਂ ਪੰਜਾਂ ਨੇ ਇੱਕ ਜਗ੍ਹਾ ਜਦੋਂ ਇਕੱਠੇ ਹੋਣਾ, ਉਹਦੀ ਤਰਤੀਬ ਕਿਸੇ ਮਨੁੱਖ ਨੇ ਆਪ ਨਹੀਂ ਬਣਾਈ, ਕਿਸੇ ਵਿਦਵਾਨ ਨੇ ਬਾਅਦ ਵਿੱਚ ਨਹੀਂ ਲਿਖੀ, ਉਹ ਬਿਲਕੁਲ ਇੱਕ ਕੁਦਰਤ ਨੇ, ਇੱਕ ਰਸ ਹੋ ਕੇ, ਕੁਦਰਤ ਦੇ ਵਿੱਚੋਂ ਇੱਕ ਰਸ ਹੋ ਕੇ ਉਹ ਤਰਤੀਬ ਨਿਕਲੀ ਹੈ। ਪਹਿਲਾ ਹੈ ਜੀ ਦਇਆ। ਜਦੋਂ ਮਨੁੱਖ ਦੇ ਕੋਲ ਦਇਆ ਆ ਗਈ ਤਾਂ ਫਿਰ ਦਇਆ ਦੇ ਵਿੱਚੋਂ ਧਰਮ ਪੈਦਾ ਹੁੰਦਾ। ਜੇ ਮਨੁੱਖਾਂ ਤੂੰ ਧਰਮੀ ਬਣਨਾ ਹੈ, ਜੇ ਗੁਰੂ ਦੀਆਂ ਸਿੱਖਾਂ ਤੂੰ ਧਰਮੀ ਬਣਨਾ ਹੈ, ਸਭ ਤੋਂ ਪਹਿਲਾਂ ਤੂੰ ਦਇਆਵਾਨ ਹੋਣਾ ਚਾਹੀਦਾ। ਪਹਿਲੇ ਨੰਬਰ 'ਤੇ ਭਾਈ ਦਇਆ ਰਾਮ ਜੀ ਆਏ, ਫਿਰ ਉਸ ਦਇਆ ਦੇ ਵਿੱਚੋਂ ਧਰਮ ਪੈਦਾ ਹੋਇਆ। ਜਦੋਂ ਦਇਆ ਅਤੇ ਧਰਮ ਇੱਕ ਮਨੁੱਖ ਦੇ ਗਹਿਣੇ ਬਣ ਗਏ, ਜਦੋਂ ਇੱਕ ਮਨੁੱਖ ਦੇ ਸੁਭਾਅ ਦੇ ਅੰਦਰ ਦਇਆ ਅਤੇ ਧਰਮ ਦੋ ਚੀਜ਼ਾਂ ਇਕੱਠੀਆਂ ਹੋ ਗਈਆਂ, ਫਿਰ ਉਸ ਮਨੁੱਖ ਦੇ ਵਿੱਚ ਹਿੰਮਤ ਆਪਣੇ ਆਪ ਆ ਜਾਂਦੀ ਹੈ ਜ਼ੁਲਮ ਦੇ ਨਾਲ ਲੜਨ ਵਾਸਤੇ। ਦਇਆ, ਧਰਮ, ਹਿੰਮਤ, ਤਿੰਨਾਂ ਚੀਜ਼ਾਂ ਦਾ ਜਦੋਂ ਸੁਮੇਲ ਹੋ ਗਿਆ, ਫਿਰ ਇਹਦਾ ਮੋਹ ਮਾਇਆ ਦੇ ਨਾਲੋਂ ਸੰਬੰਧ ਟੁੱਟ ਜਾਂਦਾ, ਫਿਰ ਇਹ ਕਿਸੇ ਮੋਹ ਮਾਇਆ ਨਾਲ ਜੁੜਿਆ ਹੋਇਆ ਨਹੀਂ ਰਹਿੰਦਾ। ਫਿਰ ਤੀਸਰੇ ਚੌਥੇ ਨੰਬਰ 'ਤੇ ਕੌਣ ਨੇ ਜੀ? ਭਾਈ ਮੋਹਕਮ ਸਿੰਘ ਜੀ। ਮੋਹ ਕੰਮ, ਦਇਆ, ਧਰਮ, ਹਿੰਮਤ, ਅਤੇ ਜਦੋਂ ਮੋਹ ਕੰਮ, ਇਹ ਸਾਰੇ ਗੁਣ ਮਨੁੱਖ ਦੇ ਵਿੱਚ ਆ ਗਏ, ਫਿਰ ਸਾਹਿਬ ਤੱਕ ਪਹੁੰਚ ਹੁੰਦੀ ਹੈ। ਜੇ ਸਾਹਿਬ ਤੱਕ ਗੁਰੂ ਦੀਆਂ ਸਿੱਖਾਂ ਜਾਣਾ ਹੈ ਅਤੇ ਦਇਆ, ਧਰਮ, ਹਿੰਮਤ ਨੂੰ ਕਮਾ ਲਈ, ਮੋਹ ਕੰਮ ਹੋ ਜਾਵੇ ਤੇਰੇ ਅੰਦਰੋਂ, ਤਾਂ ਫਿਰ ਸਾਹਿਬ ਤੱਕ ਪੁੱਜ ਸਕਦਾ। ਇਹ ਆ ਪੰਜਾਂ ਨਾਵਾਂ ਦੇ ਵਿੱਚੋਂ ਜਿਹੜਾ ਸਿਧਾਂਤ ਸਾਨੂੰ ਮਿਲਿਆ। ਅਤੇ ਫਿਰ ਸੱਚੇ ਪਾਤਸ਼ਾਹ ਨੇ ਜਦੋਂ ਉਹਨਾਂ ਪੰਜਾਂ ਨੂੰ ਨਵੇਂ ਵਸਤਰ ਪਾ ਕੇ, ਸ੍ਰੀ ਸਭਾ ਸਜਾ ਕੇ, ਨਵੀਆਂ ਦਸਤਾਰਾਂ ਸਜਾ ਕੇ ਸਟੇਜ ਦੇ ਉੱਤੇ ਲਿਆਏ, ਅਤੇ ਫਿਰ ਅੰਮ੍ਰਿਤ ਤਿਆਰ ਹੋਣ ਲੱਗਾ। ਇੱਕ ਚੌਂਕੀ ਸਜੀ, ਉਸ ਚੌਂਕੀ ਦੇ ਉੱਤੇ ਇੱਕ ਬਾਟਾ ਰੱਖਿਆ ਗਿਆ ਸਰਬਲੋਹ ਦਾ। ਬਾਜਾਂ ਵਾਲੇ ਸਤਿਗੁਰੂ ਨੇ ਆਖਿਆ, ਗੁਰੂ ਕਿਹਾ, ਸਿੱਖਾ, ਤੂੰ ਖਾਲਸਾ ਬਣਨ ਲੱਗਾ ਨਾ, ਆਪਣੇ ਹਿਰਦੇ ਨੂੰ ਇਸ ਬਾਟੇ ਦੀ ਤਰ੍ਹਾਂ ਵਿਸ਼ਾਲ ਕਰ ਲਈ।
ਇਹ ਬਾਟਾ ਦੇਖ ਕਿਵੇਂ ਇਹਦਾ ਮੂੰਹ ਖੁੱਲ੍ਹਾ, ਇਹ ਇਸ ਤਰ੍ਹਾਂ ਖੁੱਲ੍ਹਾ ਬਾਟਾ, ਇਹਦਾ ਮੂੰਹ ਉੱਪਰੋਂ ਬੰਦ ਕੀਤਾ ਹੋਇਆ ਨਹੀਂ, ਇਹਦਾ ਮੂੰਹ ਖੁੱਲ੍ਹਾ ਬਿਲਕੁਲ। ਜਿੰਨਾ ਇਸ ਨੂੰ ਵੱਡਾ ਕਰਦਾ ਜਾਵੇਗਾ ਉਨਾ ਹੀ ਇਸ ਦਾ ਮੂੰਹ ਵੱਡਾ ਹੁੰਦਾ ਜਾਵੇਗਾ। ਆਪਣੇ ਹਿਰਦੇ ਨੂੰ ਕਿਤੇ ਵਾਟੇ ਦੀ ਤਰ੍ਹਾਂ ਵਿਸ਼ਾਲ ਕਰ ਲਈ, ਅਤੇ ਫਿਰ ਉਸ ਵਾਟੇ ਦੇ ਵਿੱਚ ਕਿਹੜੀ ਚੀਜ਼ ਪਾਈ ਗਈ ਜੀ? ਉਹਦੇ ਵਿੱਚ ਪਾਇਆ ਗਿਆ ਪਾਣੀ। ਮਾਫ ਕਰਨਾ, ਅੱਜ ਕੱਲ੍ਹ ਜੇ ਪਾਣੀ ਕਹਿ ਦਈਏ ਨਾ ਤੇ ਡਾਂਗ ਨਿਕਲੇ ਆਉਂਦੀ, ਕਹਿੰਦੇ ਜੀ ਤੁਹਾਡੇ ਲਈ ਛਬੀਲ ਲਾਉਣੀ ਪਊ, ਤੁਸੀਂ ਪਾਣੀ ਕਹਿ ਦਿੱਤਾ ਜਲ ਨੂੰ। ਬੜੀ ਔਖੀ ਗੱਲ ਹੋ ਗਈ। ਜੇ ਗੁਰੂ ਦੀ ਸਿਧਾਂਤ ਦੀ ਗੱਲ ਕਰਦੇ ਹਾਂ, ਕਿਤੇ ਕੋਈ ਗੁਰਮੁਖ ਪਿਆਰਾ ਇਹ ਕਹਿ ਦਿੰਦਾ ਕਿ ਗੁਰੂ ਕਿਆ ਸਿੱਖਾ ਤੂੰ ਦਰਬਾਰ ਸਾਹਿਬ ਗਿਆ, ਅਤੇ ਅਸੀਂ ਅਕਸਰ ਉੱਥੋਂ ਕਹਿੰਦੀ ਲੈਂਦੇ ਹਾਂ ਹਰਕੀ ਪੌੜੀ ਤੋਂ ਜਲ ਭਰ ਕੇ ਲੈ ਆਉਂਦੇ ਹਾਂ, ਅਤੇ ਕੋਈ ਗੁਰਮੁਖ ਪਿਆਰਾ ਕਹਿੰਦਾ ਵੀ ਗੁਰਮੁਖਾ ਤੂੰ ਉੱਥੋਂ ਪਾਣੀ ਲਿਆਇਆ ਸੀ, ਕਿਤੇ ਹਿਰਦੇ ਦੇ ਵਿੱਚ ਪਾਣੀ ਵਸਾ ਲਿਆਉਂਦਾ, ਅਤੇ ਉਹਦੇ ਵਾਸਤੇ ਛਬੀਲਾਂ ਲੱਗ ਜਾਂਦੀਆਂ। ਗੁਰੂ ਕਿਰਪਾ ਕਰੇ, ਉਹਦੇ ਵਿੱਚ ਬਾਟੇ ਦੇ ਵਿੱਚ ਪਾਣੀ ਪਾਇਆ ਗਿਆ। ਪਾਣੀ ਦਾ ਇੱਕ ਸਿਧਾਂਤ ਹੈ ਜੀ, ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਦੀ ਵਾਰ ਹੈ, ਉਹ ਕਹਿੰਦੇ ਨੇ ਧਰਤੀ ਪੈਰਾਂ ਹੇਠ ਹੈ, ਮਨੁੱਖ ਦੇ ਸਰੀਰ ਦਾ ਸਭ ਤੋਂ ਨੀਵਾਂ ਹਿੱਸਾ ਜਿਹੜਾ ਉਹ ਪੈਰ ਨੇ, ਧਰਤੀ ਪੈਰਾਂ ਹੇਠ ਹੈ, ਧਰਤੀ ਹੇਠ ਬਸੰਦਾ ਪਾਣੀ, ਜਿਹੜਾ ਪਾਣੀ ਹੈ ਉਹ ਧਰਤੀ ਤੋਂ ਵੀ ਥੱਲੇ ਹੈ, ਸਾਨੂੰ ਉੱਦਮ ਕਰਨਾ ਪੈਂਦਾ ਪਾਣੀ ਨੂੰ ਪ੍ਰਾਪਤ ਕਰਨ ਵਾਸਤੇ। ਪਰ ਇਸ ਪਾਣੀ ਦੇ ਵਿੱਚ ਗੁਣ ਬੜੇ ਨੇ, ਉਹ ਕੀ ਨੇ ਜੀ? ਇਹਨੂੰ ਜਿਹਦੇ ਵਿੱਚ ਪਾ ਦਿਓ ਉਹਦਾ ਹੀ ਰੂਪ ਬਣ ਜਾਂਦਾ। ਜਿਸ ਭਾਂਡੇ ਦਾ ਆਪਣਾ ਕੋਈ ਰੂਪ ਨਹੀਂ, ਜਿਸ ਭਾਂਡੇ ਦੇ ਵਿੱਚ ਪਾ ਦਿੱਤਾ ਉਹਦਾ ਰੂਪ ਲੈ ਲਿਆ, ਜਿਹੜੀ ਚੀਜ਼ ਜਿਸ ਰੰਗ ਦੀ ਇਹਦੇ ਲਾਗੇ ਆ ਗਈ ਉਹਦਾ ਇਹਨੇ ਰੰਗ ਲੈ ਲਿਆ। ਸਿੱਖ ਇੰਨਾ ਨਿਰਮਾਣ ਹੋਣਾ ਚਾਹੀਦਾ, ਇੰਨਾ ਨਿਮਾਣਾ ਹੋਣਾ ਚਾਹੀਦਾ। ਬੇਸ਼ੱਕ ਪਾਣੀ ਧਰਤੀ ਦੇ ਹੇਠਾਂ ਹੈ, ਪਰ ਫਿਰ ਵੀ ਜਦੋਂ ਇਸ ਨੂੰ ਡੋਲਿਆ ਜਾਂਦਾ ਨਾ ਇਹ ਨੀਵੇਂ ਪਾਸੇ ਨੂੰ ਜਾਂਦਾ। ਨੀਵੇਂ ਪਾਸੇ ਦਾ ਮਤਲਬ ਔਗਣ ਨਹੀਂ, ਨੀਵੇਂ ਪਾਸੇ ਦਾ ਮਤਲਬ ਹੈ ਨਿਮਾਣਤਾ, ਇੰਨਾ ਨਿਮਾਣਾ ਅਤੇ ਨਿਤਾਣਾ। ਪਰ ਇਹਦੇ ਵਿੱਚ ਇੱਕ ਗੁਣ ਹੋਰ ਹੈ, ਪਾਣੀ ਹਮੇਸ਼ਾ ਪਰ ਉਪਕਾਰ ਕਰਦਾ, ਚਾਹੇ ਇਹਨੂੰ ਠੰਡਾ ਕਰ ਲਈਏ ਇਹ ਤਾਂ ਵੀ ਪਰ ਉਪਕਾਰ ਕਰਦਾ, ਅਤੇ ਚਾਹੇ ਇਹਨੂੰ ਗਰਮ ਕਰ ਲਈਏ ਫਿਰ ਵੀ ਪਰ ਉਪਕਾਰ ਕਰਦਾ, ਇਹ ਕਿਸੇ ਨੂੰ ਨਿੱਘ ਦਿੰਦਾ। ਜਦੋਂ ਪਾਣੀ ਨੂੰ ਧੁੱਪ ਦੇ ਵਿੱਚ ਤੱਤਾ ਹੋਇਆ, ਇਹਦੇ ਥੱਲੇ ਅੱਗ ਬਾਲ ਦਿੱਤੀ, ਇਹ ਪਰ ਉਪਕਾਰ ਵਾਸਤੇ ਸੜਨ ਲੱਗ ਪਿਆ, ਆਪਣਾ ਆਪ ਸਾੜਨ ਲੱਗ ਪਿਆ। ਪਰ ਇੱਕ ਇੱਥੇ ਜੇ ਕਿਸੇ ਨੇ ਗਲਤੀ ਕਰ ਲਈ ਨਾ, ਇਸ ਪਾਣੀ ਨੂੰ ਜਦੋਂ ਇਹ ਗਰਮ ਹੋਇਆ ਇਹਦੇ ਉੱਤੇ ਢੱਕਣ ਦੇ ਕੇ ਕਿਤੇ ਬੰਦ ਕਰਨ ਦੀ ਕੋਸ਼ਿਸ਼ ਕੀਤੀ ਨਾ, ਕਿਤੇ ਦਬਾਉਣ ਦੀ ਕੋਸ਼ਿਸ਼ ਕੀਤੀ, ਅਤੇ ਇਹਦੇ ਥੱਲੇ ਜਿਹੜੀ ਭਾਫ਼ ਬਣਦੀ ਹੈ ਪਾਣੀ ਦੀ, ਉਹ ਇੱਕ ਦਿਨ ਵਿਸਫੋਟ ਕਰ ਦਿੰਦੀ ਹੈ। ਪਰ ਇਸ ਸੜਦੇ ਬਲਦੇ ਪਾਣੀ ਨੂੰ ਵੀ ਕਿਤੇ ਅੱਗ ਦੇ ਉੱਤੇ ਪਾ ਦਿੱਤਾ ਨਾ ਜੀ, ਤਾਂ ਫਿਰ ਇਹ ਅੱਗ ਵਧਾਉਂਦਾ ਨਹੀਂ, ਅੱਗ ਬੁਝਾ ਦਿੰਦਾ। ਸੱਚੇ ਪਾਤਸ਼ਾਹ ਨੇ ਪਾਣੀ ਦਿੱਤਾ, ਬਾਟੇ ਦੇ ਵਿੱਚ ਪਾਣੀ ਪਾਇਆ, ਜਲ ਪਾਇਆ, ਕਹਿਣ ਲੱਗੇ ਗੁਰੂ ਕਿਆ ਸਿੱਖਾ ਤੂੰ ਪਾਣੀ ਵਰਗਾ ਬਣ ਜਾ, ਹਮੇਸ਼ਾ ਜੇ ਗਰਮ ਹੋਇਆ ਤੱਤਾ ਹੋਇਆ ਤਾਂ ਵੀ ਪਰ ਉਪਕਾਰ ਵਾਸਤੇ, ਜੇ ਠੰਡਾ ਹੋਇਆ ਤਾਂ ਵੀ ਪਰ ਉਪਕਾਰ ਵਾਸਤੇ। ਤੇਰਾ ਐਸਾ ਸੁਭਾਅ ਹੋਣਾ ਚਾਹੀਦਾ ਤੂੰ ਹਰ ਇੱਕ ਦੇ ਵਿੱਚ ਸਮਾ ਸਕੇ, ਤੂੰ ਹਰ ਇੱਕ ਸੱਭਿਅਤਾ ਨੂੰ ਅਪਣਾ ਸਕੇ, ਪਰ ਆਪਣੇ ਆਪ ਨੂੰ ਕਦੇ ਨਾ ਬਦਲੀ, ਆਪਣੇ ਰੂਪ ਨੂੰ ਕਦੇ ਨਾ ਬਦਲੀ, ਆਪਣੇ ਆਪ ਨੂੰ ਕਦੇ ਨਾ ਬਦਲੀ। ਜਦੋਂ ਇਸ ਪਾਣੀ ਦਾ ਗੁਣ ਵੀ ਗੁਰੂ ਦੇ ਸਿੱਖ ਦੇ ਵਿੱਚ ਆ ਗਿਆ ਨਾ ਜੀ, ਤੀਸਰੇ ਨੰਬਰ 'ਤੇ ਅੰਮ੍ਰਿਤ ਤਿਆਰ ਕਰਨ ਵਾਸਤੇ ਜਿਹੜੀ ਚੀਜ਼ ਵਿੱਚ ਪਾਈ ਗਈ ਉਹ ਸੀ ਪਤਾਸੇ। ਉਹ ਇਸ ਵਾਸਤੇ ਸੀ ਕਿ ਗੁਰੂ ਕਿਆ ਸਿੱਖਾ ਤੇਰੇ ਅੰਦਰ ਕੜਵਤ
ਕੜਵਾਹਟ ਕਦੇ ਨਾ ਆਵੇ, ਤੇਰੇ ਅੰਦਰ ਮਿਠਾਸ ਹੋਵੇ, ਦੁਨੀਆਂ ਦੇ ਲੋਕ ਤੇਰੇ ਕੋਲੋਂ ਮਿਠਾਸ ਲੈ ਕੇ ਜਾਣ, ਅਤੇ ਫਿਰ ਇੰਨਾ ਮਿੱਠਾ ਵੀ ਨਾ ਹੋ ਜਾਈ ਕਿ ਤੈਨੂੰ ਕੀੜੇ ਚਿੰਬੜ ਜਾਣ, ਇੰਨਾ ਮਿੱਠਾ ਵੀ ਨਾ ਹੋ ਜਾਈ ਕਿ ਕਾਢੇ ਕੀੜੀਆਂ ਤੇਰੇ ਕੋਲ ਤੁਰੇ ਫਿਰਨ, ਤੇਰੇ ਹੱਥ ਦੇ ਵਿੱਚ ਖੰਡਾ ਚਾਹੀਦਾ ਸੂਰਮਤਾਈ ਵਾਲਾ, ਤੇਰੇ ਹੱਥ ਦੇ ਵਿੱਚ ਖੰਡਾ ਹੋਵੇ ਪਰ ਉਪਕਾਰ ਵਾਸਤੇ, ਜ਼ੁਲਮ ਦਾ ਨਾਸ਼ ਕਰਨ ਵਾਸਤੇ। ਜਦੋਂ ਇਹ ਚਾਰ ਚੀਜ਼ਾਂ ਤੇਰੇ ਕੋਲ ਇਕੱਠੀਆਂ ਹੋ ਗਈਆਂ, ਅਤੇ ਫਿਰ ਆਪਣੇ ਹਿਰਦੇ ਨੂੰ ਇਸ ਬਾਣੀ ਦੇ ਨਾਲ ਜੋੜ ਲਈ। ਇਹ ਪੰਜ ਚੀਜ਼ਾਂ ਗੁਰੂ ਸਾਹਿਬ ਨੇ ਉਸ ਦਿਨ ਸਾਨੂੰ ਇਕੱਠੀਆਂ ਕਰਕੇ ਇਹਨਾਂ ਪੰਜਾਂ ਚੀਜ਼ਾਂ ਦੇ ਛਿੱਟੇ ਸਾਡੇ ਨੇਤਰਾਂ 'ਤੇ ਮਾਰੇ, ਇਹਨਾਂ ਪੰਜਾਂ ਚੀਜ਼ਾਂ ਦੇ ਪੰਜ ਘੁੱਟ ਸਾਡੇ ਅੰਦਰ ਨਗਾਏ, ਇਹਨਾਂ ਪੰਜਾਂ ਚੀਜ਼ਾਂ ਦੇ ਪੰਜ ਛਿੱਟੇ ਸਾਡੇ ਦਸਮ ਦੁਆਰ ਦੇ ਉੱਤੇ ਪਾਏ। ਅਤੇ ਸਾਧ ਸੰਗਤ, ਇਹ ਅੰਮ੍ਰਿਤ ਦੀ ਸ਼ਕਤੀ ਸੀ, ਅੰਮ੍ਰਿਤ ਨੇ ਐਸੀ ਸ਼ਕਤੀ ਬਖਸ਼ੀ ਜਿਹਦੇ ਵਾਸਤੇ ਵਿਦਵਾਨਾਂ ਨੇ ਕਹਿ ਦਿੱਤਾ ਹੈ ਕਿ 1699 ਦੀ ਵਿਸਾਖੀ ਜਿਹੜੀ ਹੈ ਉਹ ਹਿੰਦੁਸਤਾਨ ਦੇ ਸਿਧਾਂਤ ਦੇ ਅੰਦਰ, ਹਿੰਦੁਸਤਾਨ ਦੇ ਇਤਿਹਾਸ ਦੇ ਅੰਦਰ ਇੱਕ ਟਰਨਿੰਗ ਪੁਆਇੰਟ ਹੈ। ਉਹ ਕਿਵੇਂ ਜੀ? ਇਹ ਮੁਲਕ ਜਿਹੜਾ ਜੀ ਬੜਾ ਸੋਹਣਾ ਸੀ, ਬੜਾ ਚੰਗਾ ਸੀ, ਪਰ ਇੱਥੇ ਦੇ ਲੋਕ ਜਿਹੜੇ ਇੰਨੇ ਕੁ ਕਰਮ ਕਾਂਡਾਂ ਦੇ ਵਿੱਚ ਖਚਤ ਹੋ ਗਏ, ਇੱਥੇ ਜਾਤ ਦੇ ਨਾਮ ਦੇ ਉੱਤੇ ਲੋਕਾਂ ਦੇ ਉੱਤੇ ਜ਼ੁਲਮ ਹੋਣੇ ਸ਼ੁਰੂ ਹੋ ਗਏ, ਜਿਹੜੇ ਰਜਵਾੜੇ ਲੋਕ ਸੀ ਉਹਨਾਂ ਨੇ ਗਰੀਬਾਂ ਨੂੰ ਦਬਾਉਣਾ ਸ਼ੁਰੂ ਕਰ ਦਿੱਤਾ, ਪਰ ਆਖਰ ਇੱਕ ਦਿਨ ਇਹ ਆਪਣੇ ਆਪ ਦੇ ਵਿੱਚ ਫਸੇ ਹੋਏ ਐਸੇ ਸਾਹ ਸਤਹੀਣ ਹੋਏ। ਸੰਨ 712 ਇੱਕ ਭੇਡਾਂ ਚਾਰਨ ਵਾਲਾ ਬੰਦਾ, ਉਹਨੇ ਕੋਈ ਆਪਣੇ 40-50 ਸਾਥੀ ਇਕੱਠੇ ਕੀਤੇ, ਅਤੇ ਉਹ ਆਉਂਦੇ ਜਾਂਦੇ ਲੋਕਾਂ ਨੂੰ ਲੁੱਟਣ ਲੱਗ ਪਿਆ। ਜਦੋਂ ਇਹਦੀ ਹਿੰਮਤ ਹੋਰ ਵਧੀ, ਇਹਨੇ ਥੋੜ੍ਹੇ ਬੰਦੇ ਹੋਰ ਨਾਲ ਲੈ ਲਏ, ਅਤੇ ਇਹਨੇ ਹਿੰਦੁਸਤਾਨ ਵੱਲ ਨੂੰ ਮੂੰਹ ਕਰ ਲਿਆ। ਹਿੰਦੁਸਤਾਨ ਵਿੱਚ ਆਇਆ, ਇੱਥੋਂ ਦੇ ਲੋਕਾਂ ਨੂੰ ਲੁੱਟ ਕੇ, ਕੁੱਟ ਕੇ, ਮੰਦਰਾਂ ਨੂੰ ਭੰਨ ਕੇ, ਇਹਨਾਂ ਦਾ ਮਾਲ ਅਸਵਾਬ ਧੀਆਂ ਭੈਣਾਂ ਨੂੰ ਲੁੱਟ ਕੇ ਆਪਣੇ ਮੁਲਕ ਜਾ ਵੜਿਆ, ਅਤੇ ਉਹਨੇ ਜਾ ਕੇ ਲੋਕਾਂ ਨੂੰ ਦੱਸਿਆ ਆਪਣੇ ਮੁਲਕ ਦਿਆਂ ਨੂੰ। ਕਹਿਣ ਲੱਗਾ ਵੀ ਆਪਾਂ ਤਾਂ ਇੱਥੇ ਭੇਡਾਂ ਚਾਰਦੇ ਹਾਂ, ਕਿਤੇ ਇੱਧਰ ਨੂੰ ਜਾਓ, ਪੂਰਬ ਵੱਲ ਨੂੰ, ਇੱਧਰ ਬਿਲਕੁਲ ਭੇਡਾਂ ਵੱਸਦੀਆਂ ਨੇ, ਜਿਵੇਂ ਮਰਜ਼ੀ ਤੁਸੀਂ ਉਹਨਾਂ ਨੂੰ ਲੁੱਟ ਕੇ ਲੈ ਆਓ। 712 ਤੋਂ ਲੈ ਕੇ ਲਗਾਤਾਰ ਉਹਨਾਂ ਨੇ ਹਮਲੇ ਕੀਤੇ ਇਸ ਹਿੰਦੁਸਤਾਨ ਦੇ ਉੱਤੇ, ਇਹਨੂੰ ਲੁੱਟ ਲੁੱਟ ਕੇ ਲਿਜਾਂਦੇ ਰਹੇ, ਇਹਨਾਂ ਦੇ ਮੰਦਰਾਂ ਦੇ ਦਰਵਾਜ਼ੇ ਤੱਕ ਤੋੜ ਤੋੜ ਕੇ ਲੈ ਗਏ, ਮੂਰਤੀਆਂ ਲਿਜਾ ਕੇ ਤੋੜ ਕੇ ਉਹਨਾਂ ਨੇ ਆਪਣੇ ਵੇਚ ਲਈਆਂ, ਇੱਥੋਂ ਦੀਆਂ ਧੀਆਂ ਭੈਣਾਂ ਨੂੰ ਟਕੇ ਟਕੇ ਸਿਰ ਗਜਨੀ ਦੇ ਬਾਜ਼ਾਰਾਂ ਦੇ ਵਿੱਚ ਲਿਜਾ ਕੇ ਵੇਚ ਦਿੱਤਾ, ਹਿੰਦੁਸਤਾਨ ਦੇ ਲੋਕਾਂ ਨੂੰ ਗੁਲਾਮ ਬਣਾ ਕੇ ਉਹ ਗੁਲਾਮੀ ਕਰਵਾਉਣ ਲੱਗੇ। ਆਖਰ ਇੱਕ ਦਿਨ ਹਿੰਦੁਸਤਾਨ ਦੇ ਬਾਦਸ਼ਾਹ ਬਣ ਕੇ ਬੈਠ ਗਏ, ਪਰ ਕਿਸੇ ਦੀ ਹਿੰਮਤ ਨਾ ਪਈ ਇਹਨਾਂ ਨੂੰ ਰੋਕ ਸਕੇ। ਇਹ ਪਹਿਲੀ ਵਾਰ ਧੰਨ ਗੁਰੂ ਨਾਨਕ ਪਿਤਾ ਮਹਾਰਾਜ ਨੇ ਬਾਬਰ ਨੂੰ ਆਖਿਆ ਸੀ, ਪਾਪ ਕੀ ਜੰਝ ਲੈ ਬਾਪ ਕਾਬਲੋਂ ਧਾਇਆ, ਜੋਰੀ ਮੰਗੈ ਦਾਨ ਵੇਲਾ ਲੋ। ਅਤੇ ਸਾਧ ਸੰਗਤ, ਇਹਨਾਂ ਲੋਕਾਂ ਨੇ ਇੰਨਾ ਜ਼ੁਲਮ ਕੀਤਾ, ਹਿੰਦੁਸਤਾਨ ਦੇ ਆਪਣੇ ਆਪ ਨੂੰ ਜਿਹੜੇ ਬਹਾਦਰ ਪਾਉਣ ਵਾਲੀਆਂ ਕੌਮਾਂ ਸੀ, ਮਰਹੱਟੇ ਅਤੇ ਰਾਜਪੂਤ, ਇਹਨਾਂ ਨੇ ਆਪਣੇ ਰਾਜ ਭਾਗ ਬਚਾਉਣ ਵਾਸਤੇ, ਜਿਨ੍ਹਾਂ ਨੇ ਇਤਿਹਾਸ ਪੜ੍ਹਿਆ ਉਹਨਾਂ ਨੂੰ ਜੈਮਲ ਫਤਿਹ ਦੀ, ਮਹਾਰਾਣਾ ਪ੍ਰਤਾਪ ਦੀਆਂ ਕਹਾਣੀਆਂ ਦਾ ਪਤਾ ਹੋਵੇਗਾ ਕਿ ਬਹੁਤ ਸਾਰੇ ਲੋਕਾਂ ਨੇ, ਇਹਨਾਂ ਰਾਜਿਆਂ ਨੇ ਆਪਣੇ ਆਪ ਨੂੰ
ਬਹਾਦਰ ਕਹਾਉਣ ਵਾਲਿਆਂ ਨੇ ਆਪਣੇ ਰਾਜ ਭਾਗ ਬਚਾਉਣ ਵਾਸਤੇ ਆਪਣੀਆਂ ਧੀਆਂ ਭੈਣਾਂ ਦੇ ਡੋਲੇ ਤੱਕ ਅਕਬਰ ਨੂੰ ਦੇ ਦਿੱਤੇ। ਇੰਨੇ ਕੁ ਗਿਰ ਚੁੱਕੇ ਸਨ ਇੱਥੋਂ ਦੇ ਲੋਕ, ਅਤੇ ਉਹ ਜਿਹੜੀ 1000 ਸਾਲ ਪੁਰਾਣੀ ਗੁਲਾਮੀ ਸੀ ਨਾ ਜੀ, ਉਹ ਇਸ ਅੰਮ੍ਰਿਤ ਨੇ ਤੋੜੀ। ਖੰਡੇ ਬਾਟੇ ਦਾ ਅੰਮ੍ਰਿਤ ਛਕਾਇਆ ਗਿਆ 1699 ਦੇ ਵਿੱਚ, 712 ਦੇ ਵਿੱਚ ਹਿੰਦੁਸਤਾਨ ਦੇ ਉੱਤੇ ਪਹਿਲਾ ਹਮਲਾ ਹੋਇਆ, 1704 ਦੇ ਵਿੱਚ ਛੋਟੇ ਸਾਹਿਬਜ਼ਾਦਿਆਂ ਦੀ ਵੱਡੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਹੁੰਦੀ ਹੈ, ਅਤੇ ਸੰਨ 1710 ਦੇ ਵਿੱਚ 1000 ਸਾਲ ਦੀ ਗੁਲਾਮੀ ਬਾਬਾ ਬੰਦਾ ਸਿੰਘ ਬਹਾਦਰ ਨੇ ਇੱਕ ਝਟਕੇ ਦੇ ਨਾਲ ਤੋੜ ਦਿੱਤੀ। ਬਾਬਾ ਬੰਦਾ ਸਿੰਘ ਬਹਾਦਰ ਜਦੋਂ ਚੜ੍ਹ ਕੇ ਆਉਂਦਾ ਦੱਖਣ ਵੱਲੋਂ, ਸੋਨੀਪਤ ਦੇ ਜਿਹੜੇ ਚੌਧਰੀ ਸਨ ਉਹ ਬਾਬਾ ਬੰਦਾ ਸਿੰਘ ਬਹਾਦਰ ਦੀ ਆਮਦ ਸੁਣ ਕੇ ਹੀ ਭੱਜ ਗਏ। ਸਰਹੰਦ ਦਾ ਰਾਜ ਭਾਗ ਖਤਮ ਕਰ ਦਿੱਤਾ ਗਿਆ। ਹਿੰਦੁਸਤਾਨ ਦੀ ਧਰਤੀ ਦੇ ਉੱਤੇ 1000 ਸਾਲ ਬਾਅਦ ਇੱਥੋਂ ਦੇ ਰਹਿਣ ਵਾਲੇ ਲੋਕਾਂ ਦੀ ਆਪਣੀ ਹਕੂਮਤ ਕਾਇਮ ਹੋਈ। ਉਸ ਹਕੂਮਤ ਦੇ ਵਿੱਚ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਨਾਮ ਦਾ ਸਿੱਕਾ ਜਾਰੀ ਕੀਤਾ ਗਿਆ। ਇੱਥੋਂ ਦੀਆਂ ਜ਼ਮੀਨਾਂ ਵਾਹੁਣ ਵਾਲਿਆਂ ਨੂੰ ਇੱਥੋਂ ਜ਼ਮੀਨਾਂ ਦੇ ਮਾਲਕ ਬਣਾਇਆ ਗਿਆ, ਅਤੇ ਸਾਧ ਸੰਗਤ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਤੋਂ ਬਾਅਦ ਸਿੱਖਾਂ ਦੇ ਉੱਤੇ ਬੜਾ ਸਖਤੀ ਦਾ ਦੌਰ ਆਇਆ। ਇਹ ਅੰਮ੍ਰਿਤ ਦੀ ਸ਼ਕਤੀ ਹੀ ਸੀ ਕਿ ਗੁਰੂ ਕਿਆਂ ਸਿੱਖਾਂ ਨੂੰ ਬੰਦ ਕਟਵਾਉਣ ਦੀ ਜਾਂਚ ਦੁਨੀਆਂ ਦੇ ਲੋਕਾਂ ਨੂੰ ਦੱਸ ਦਿੱਤੀ। ਇਹ ਅੰਮ੍ਰਿਤ ਦੀ ਸ਼ਕਤੀ ਹੀ ਸੀ ਕਿ ਦੁਨੀਆਂ ਦਾ ਹਰ ਇੱਕ ਜ਼ੁਲਮ ਸਿੱਖਾਂ ਦੇ ਉੱਤੇ ਵਰਤਿਆ ਗਿਆ, ਪਰ ਸਿੱਖਾਂ ਨੇ ਕਦੇ ਗੁਲਾਮੀ ਨਾ ਕਬੂਲ ਕੀਤੀ। ਜਿਹੜੇ ਲੋਕ ਗੁਰੂ ਨਾਨਕ ਸਾਹਿਬ ਦੇ ਆਗਮਨ ਤੋਂ ਪਹਿਲਾਂ ਕਹਿੰਦੇ ਸਨ, ਕਾਮ ਹਮਾਰਾ ਤੋਲਣ ਤੱਕੜੀ ਨੰਗੀ ਕਰਦ ਕਦੀ ਨਹੀਂ ਪਕੜੀ, ਚਿੜੀ ਉੜੇ ਡਰ ਸੇ ਮਰ ਜਾਊਂ, ਦੁਸ਼ਮਣ ਸੇ ਕੈਸੇ ਲੜ ਪਾਊਂ, ਉਹਨਾਂ ਵਾਸਤੇ ਉਸ ਵੇਲੇ ਦੇ ਲੋਕ ਕਵੀਆਂ ਨੇ ਆਖ ਦਿੱਤਾ, ਭੂਰਿਆਂ ਵਾਲੇ ਰਾਜੇ ਕੀਤੇ, ਮੁਗਲਾਂ ਜ਼ਹਿਰ ਪਿਆਲੇ ਪੀਤੇ। ਭਾਈ ਸਾਹਿਬ ਨੇ ਹੁਣੇ ਆਪਣੇ ਨਾਲ ਗੱਲ ਸਾਂਝੀ ਕੀਤੀ ਕਿ ਜਦੋਂ ਨਾਦਰ ਸ਼ਾਹ ਨੂੰ ਗੁਰੂ ਕਿਆਂ ਸਿੱਖਾਂ ਨੇ ਲੁੱਟਿਆ ਨਾ ਜੀ, ਅਤੇ ਜ਼ਕਰੀਆ ਖਾਨ ਨੂੰ ਪੁੱਛਣ ਲੱਗਾ ਇਹ ਲੋਕ ਕੌਣ ਨੇ। ਇਕੱਲਾ ਜ਼ਕਰੀਆ ਖਾਨ ਨੇ ਨਹੀਂ ਸਿੱਖਾਂ ਦੀ ਸਿਫਤ ਕੀਤੀ, ਇੱਥੇ ਕਾਜ਼ੀ ਨੂਰ ਮੁਹੰਮਦ ਨੇ ਵੀ ਸਿੱਖਾਂ ਦੀ ਫਸਲ ਕੀਤੀ ਹੈ, ਸਿਫਤ ਕੀਤੀ ਹੈ। ਉਹ ਕਹਿੰਦਾ ਇਹ ਲੋਕ, ਉਹ ਕੁੱਤੇ ਆਖਦਾ ਸਾਨੂੰ ਸਿੱਖਾਂ ਨੂੰ, ਉਹ ਕਹਿੰਦਾ ਇਹ ਸੱਗ ਲੋਕ, ਇਹ ਕੁੱਤੇ ਲੋਕ, ਇਹਨਾਂ ਦੇ ਵਿੱਚ ਕਦੇ ਕੋਈ ਵਿਭਚਾਰੀ ਨਹੀਂ ਹੁੰਦਾ, ਸਾਡੀਆਂ ਸਿਫਤਾਂ ਹੁੰਦੀਆਂ। ਇਹ ਸਾਰੀ ਅੰਮ੍ਰਿਤ ਦੀ ਸ਼ਕਤੀ ਹੈ। ਅੰਮ੍ਰਿਤ ਦੀ ਸ਼ਕਤੀ ਨੇ ਇੱਥੇ ਉਹ ਕੁਝ ਕਰ ਦਿੱਤਾ ਜਿਨ੍ਹਾਂ ਨੂੰ ਨੀਵੇਂ ਕਿਹਾ ਜਾਂਦਾ ਸੀ, ਜਿਨ੍ਹਾਂ ਨੂੰ ਨਤਾਣੇ ਕਿਹਾ ਜਾਂਦਾ ਸੀ, ਜਿਨ੍ਹਾਂ ਦੇ ਨਾਲ ਕੋਈ ਬੈਠਣ ਵਾਸਤੇ ਤਿਆਰ ਨਹੀਂ ਸੀ। ਇੱਕ ਉਦਾਹਰਨ ਮੈਂ ਆਪਦੇ ਨਾਲ ਹੋਰ ਸਾਂਝੀ ਕਰ ਲਵਾਂ। 22 ਧਾਰ ਦੇ ਰਾਜੇ, ਪਹਾੜੀ ਰਾਜੇ, ਹਿੰਦੂ ਰਾਜੇ, ਇਹ ਹਰ ਵੇਲੇ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਨਾਲ ਆਡਾ ਲੈਂਦੇ ਰਹੇ। ਗੁਰੂ ਸਾਹਿਬ ਦੀਆਂ ਸਾਰੀਆਂ ਜੰਗਾਂ ਤਕਰੀਬਨ ਇਹਨਾਂ ਬੰਦਿਆਂ ਨੇ ਮੋਹਰੇ ਹੋ ਕੇ ਲੜੀਆਂ। ਇਹ ਉਹ ਰਾਜੇ ਸਨ ਜਿਨ੍ਹਾਂ ਦੇ ਦਾਦੇ ਪੜਦਾਦੇ